ਚਰਨ ਸਿਮਰੋ ਸ੍ਰੀ ਅੰਗਦ ਦੁਖ ਨਿਗੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਇ ਬੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਅੰਮ੍ਰਿਤ ਗਿਆਨ ਮਨ ਕੀ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ ਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਬਾਲਾ ਬਰਨਤ ਬੋਹਰ ਮੂਲਾ ਲਖ ਤੋ ਨਾ ਭੇਦ ਪਰਮ ਮਹਿ ਪੂਲਾ ਭਇਓ ਤਿਆਰ ਚਲਨ ਨਿਜ ਨਗਰਾ ਸਾਧਨ ਸੰਭਾਰਨ ਕਾਰਜ ਸਗਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਆਪ ਸਾਰੇ ਹੀ ਬੜਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ ਆਪਣਾ ਆਪ ਪ੍ਰਕਾਸ਼ ਕੀਤਾ ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ ਕਲਗੀਧਰ ਦੇ ਸਮੇਤ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ
ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੁਰਬਾਦ ਇਤਿਹਾਸ ਚੱਲ ਰਿਹਾ ਹੈ। ਕੱਲ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰੋਜ਼ਾਨਾ ਪਹਿਰ ਰਾਤ ਰਹਿੰਦੀ ਬੇਈ ਨਦੀ 'ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇੱਕ ਦਿਨ ਇਸ਼ਨਾਨ ਕਰਨ ਗਏ, ਇਸ਼ਨਾਨ ਕਰਕੇ ਬਾਹਰ ਆ ਕੇ ਬਸਤਰ ਪਾਏ, ਕੀ ਦੇਖਿਆ ਨਦੀ ਦੇ ਪੁੱਲ ਉੱਪਰ ਇੱਕ ਮਸੂਲੀਆ ਬੈਠਾ ਹੈ, ਇੱਕ ਬ੍ਰਾਹਮਣ ਗਊ ਲੈ ਕਰਕੇ ਲੰਘ ਰਿਹਾ ਸੀ। ਉਸਨੂੰ ਰੋਕ ਦਿੱਤਾ, ਕਿਹਾ ਟੈਕਸ ਦਿੱਤੇ ਬਗੈਰ ਤੂੰ ਨਹੀਂ ਜਾ ਸਕਦਾ। ਉਸਨੇ ਬਹੁਤ ਤਰਲੇ ਕੀਤੇ ਕਿ ਮੈਂ ਗਰੀਬ ਆਦਮੀ ਹਾਂ, ਮੈਂ ਟੈਕਸ ਕਿੱਥੋਂ ਦਿਆਂ, ਮੈਨੂੰ ਲੰਘ ਲੈਣ ਦਿਓ। ਪਰ ਮਸੂਲੀਆ ਜਿਹੜਾ ਸੀ ਉਹ ਲੰਘਣ ਨਾ ਦੇਵੇ। ਬਾਦ ਵਿਵਾਦ ਵੱਧਦਾ ਗਿਆ, ਧੁੱਪ ਬਹੁਤ ਚੜ੍ਹ ਗਈ ਔਰ ਗਾਂ ਨੇ ਗੋਬਰ ਕੀਤਾ। ਉਹ ਗੋਬਰ ਚੁੱਕ ਕੇ ਮਸੂਲੀਆ ਜਿਹੜਾ ਸੀ ਖੱਤਰੀ ਉਹ ਲੈ ਕਰਕੇ ਪਾਥੀਆਂ ਥਾਪ ਕੇ ਸੁਕਾ ਕੇ ਔਰ ਰੋਟੀ ਤਿਆਰ ਕਰਨ ਲੱਗਿਆ। ਗੁਰੂ ਸਾਹਿਬ ਜੀ ਨੇ ਉਸਦੀ ਕਿਰਿਆ ਦੇਖ ਕਰਕੇ ਕਿ ਧੋਤੀ ਬੱਧੀ ਹੋਈ ਹੈ, ਮੱਥੇ 'ਤੇ ਤਿਲਕ ਹੈ, ਹੱਥ ਵਿੱਚ ਮਾਲਾ ਫੜੀ ਹੋਈ ਹੈ ਖੱਤਰੀ ਨੇ, ਬ੍ਰਾਹਮਣ ਨੂੰ ਗਊ ਦੇ ਸਹਿਤ ਲੰਘਣ ਨਹੀਂ ਦਿੰਦਾ, ਅਤੇ ਆਸਾ ਜੀ ਦੀ ਵਾਰ ਦਾ ਇੱਕ ਸਲੋਕ ਉਚਾਰਨ ਕੀਤਾ, ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਈ। ਐ ਖੱਤਰੀ, ਤੂੰ ਗਊ ਅਤੇ ਬ੍ਰਾਹਮਣ ਨੂੰ ਲੰਘਣ ਨਹੀਂ ਦਿੰਦਾ ਅਤੇ ਉਸੇ ਗਾਂ ਦੇ ਗੋਬਰ ਨਾਲ ਤੂੰ ਰੋਟੀ ਤਿਆਰ ਕਰ ਰਿਹਾ, ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਰਨਾ ਨਹੀਂ ਹੋਵੇਗਾ। ਤੂੰ ਟੈਕਸ ਲਾਉਂਦਾ ਹੈ, ਗਰੀਬ ਮਾਰੀ ਕਰਦਾ ਹੈ, ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਜਾਈ, ਧੋਤੀ ਟਿੱਕਾ ਤੈ ਜਬ ਮਾਲੀ ਧਾਨ ਮਲੇਛਾਂ ਖਾਈ, ਅੰਤਰ ਪੂਜਾ ਪੜ੍ਹੇ ਕਤੇਬਾਂ ਸੰਜਮ ਤੁਰਕਾ ਭਾਈ, ਛੋਡੀ ਲੇ ਪਾਖੰਡਾ ਨਾਮ ਲਏ ਜਾਹੇ ਤਰਨ ਦਾ, ਮਾਣਸ ਖਾਣੇ ਕਰਹਿ ਨਿਵਾਸ ਛੁਰੀ ਬਗਾਇਨ ਤਿੰਨਗਲ ਤਾਗ, ਤਿੰਨਗਰ ਬ੍ਰਾਹਮਣ ਪੂਰੇ ਨਾਦ ਉਹਨਾਂ ਵਿਆਵੇ ਹੋਈ ਸਾਧ, ਕੂੜੀ ਰਾਤ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ, ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ, ਮੱਥਾ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪਹਿਰ ਹੋਵੇ ਪਰਵਾਨ, ਮਲੇਛ ਧਾਨ ਲੈ ਪੂਜਾ ਪੁਰਾਣ, ਤੂੰ ਮਲੇਛਾਂ ਦਾ ਧਾਨ ਖਾਂਦਾ ਹੈ ਅਤੇ ਤੁਰਕਾਂ ਤੋਂ ਡਰਦਾ ਹੋਇਆ, ਤੂੰ ਲੋਕ ਕਰਕੇ ਪੁਰਾਣ ਪੜ੍ਹਦਾ ਹੈ, ਲੋਕਾਂ ਨੂੰ ਦਿਖਾਉਣ ਵਾਸਤੇ ਕਤੇਬਾਂ ਪੜ੍ਹਦਾ ਹੈ, ਇਹ ਚੰਗੀ ਗੱਲ ਨਹੀਂ ਹੈ। ਅਖੀਰ ਵਿੱਚ ਕਿਹਾ ਕਿ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ, ਸੱਚ ਨਿਸ਼ਚੇ ਕਰਕੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੀਏ, ਸੁੱਚ ਹੋਵੇ ਤਾਂ ਸੱਚ ਪਾਈਐ, ਜੇ ਸੁੱਚਮ ਤਾਈ ਪਵਿੱਤਰਤਾ ਹੋਵੇ ਤਾਂ ਹੀ ਸੱਚਾ ਪਰਮਾਤਮਾ ਪਾਈਦਾ, ਮਨ ਸੁੱਚਾ ਹੋਵੇ ਤਾਂ ਹੀ ਤਨ ਸੁੱਚਾ ਹੁੰਦਾ ਹੈ, ਮਨ ਮੈਲਾ ਸਭ ਕੁਝ ਮੈਲਾ ਤਨ ਧੋਤਾ ਹੈ ਮਨ ਅੱਛਾ ਨਾ ਹੋਏ, ਜੇਕਰ ਮਨ ਮੈਲਾ ਹੈ ਤਾਂ ਤਨ ਵੀ ਮੈਲਾ ਹੈ, ਮਨ ਅਸ਼ੁੱਧ ਹੈ ਤਾਂ ਤਨ ਵੀ ਅਸ਼ੁੱਧ ਹੈ, ਪਹਿਲਾਂ ਮਨ ਨੂੰ ਸ਼ੁੱਧ ਕਰ, ਸੁੱਚ ਹੋਵੇ ਤਾਂ ਸੱਚ ਪਾਈਐ। ਸੋ ਸੁਣ ਸਤਿਗੁਰ ਤੇ ਤਰਕ ਸਮੇਤਾ, ਉਸ ਖੱਤਰੀ ਮਸੂਲੀਏ ਨੇ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਬਾਣੀ ਸੁਣ ਕਰਕੇ ਤਰਕ ਦੇ ਸਹਿਤ ਚਰਨਾਂ 'ਤੇ ਢਹਿ ਪਿਆ, ਮੈਂ ਭੂਲੋ ਤੂੰ ਮਾਰਗ ਪਾਇਓ, ਮੈਂ ਭੁੱਲਿਆ ਸੀ ਤੁਸਾਂ ਨੇ ਸਿੱਧੇ ਰਾਹ ਪਾਇਆ, ਤੁਸੀਂ ਸਮਰੱਥ ਹੋ, ਸਮਰੱਥ ਗੁਰੂ ਦੇ ਇਹੀ ਲੱਛਣ ਹਨ, ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਬੜਭਾਗੀ ਪਾਇਆ। ਸੋ ਮੈਂ ਭੁੱਲੇ ਨੂੰ ਤੁਸਾਂ ਨੇ ਸਿੱਧੇ ਰਾਹ ਪਾਇਆ, ਧਨ ਲਾਲਚ ਅਤੇ ਚਿੱਤ ਬਿਰਮਾਇਆ, ਮੇਰਾ ਧਨ ਦੇ ਲਾਲਚ ਕਰਕੇ ਚਿੱਤ ਭਰਮ ਗਿਆ ਸੀ, ਫੇਰ ਕਿਰਪਾ ਕਰ ਨਾਮ ਦ੍ਰਿੜਾਵਾ, ਕਿਰਪਾ ਕਰਕੇ ਸਾਨੂੰ ਨਾਮ ਦ੍ਰਿੜ ਕਰਵਾਇਆ। ਕਵੀ ਜੀ ਕਹਿੰਦੇ ਤਰਿਓ ਕਸ਼ਟ ਅਤੇ ਮੋਹ ਨਸਾਵਾ, ਮੈਂ ਕਸ਼ਟ ਤਿੰਨਾਂ ਤਾਪਾਂ ਤੋਂ ਰਹਿਤ ਹੋ ਗਿਆ, ਮੋਹ ਵੀ ਨਸ ਗਿਆ, ਬਹੁਰ ਗਏ ਉਦਿਆਨ ਮਜ਼ਾਰਾ,
ਕਿਰਪਾ ਨਿਧਾਨ ਜਗਤ ਗੁਰੂ ਫਿਰ ਉਜਾੜਾਂ ਵਿੱਚ ਚਲੇ ਗਏ ਉਸ ਨੂੰ ਉਪਦੇਸ਼ ਦੇ ਕਰਕੇ। ਵੈਸੇ ਤਹਿ ਜੈ ਗੁਰ ਕਰਤਾਰਾ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮਸਾਣਾ ਵਿੱਚ ਜਾ ਬੈਠੇ। ਕਵੀ ਜੀ ਕਹਿੰਦੇ ਨੇ ਪੁੰਨਪੁਰ ਬਰੇ ਨਾ ਆਏ ਕਹਿ, ਮੁੜ ਕੇ ਸੁਲਤਾਨਪੁਰ ਨਗਰ ਵਿੱਚ ਪੈਰ ਨਹੀਂ ਪਾਇਆ। ਜੋ ਗਏ ਇੱਕ ਵਾਰੀ ਮਸਾਣਾ ਵਿੱਚ ਉੱਥੇ ਬੈਠ ਗਏ, ਬਾਹਰ ਬਾਸੁਰ ਰਹਿਣ ਮਸਾਣਾ ਵਿੱਚ ਉਜਾੜਾਂ ਵਿੱਚ ਦਿਨ ਰਾਤ ਬਤੀਤ ਕਰਦੇ ਹਨ। ਸਮਾਂ ਬਿਤਾਵੇ ਸਤਿਗੁਰੂ ਸ੍ਰੀ ਅੰਗਦ ਸੁਣ ਬੈਣ। ਭਾਈ ਬਾਲਾ ਸੰਧੂ ਜੀ ਕਹਿ ਰਹੇ ਹਨ, ਹੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਸਾਣਾ ਵਿੱਚ ਦਿਨ ਰਾਤ ਬਤੀਤ ਕਰਦੇ ਹਨ, ਨਗਰ ਵਿੱਚ ਪੈਰ ਨਹੀਂ ਪਾਉਂਦੇ। ਹੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਅਗਲੀ ਕਥਾ ਸਰਵਣ ਕਰੋ। ਸੋ ਕਵੀ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਭਾਈ ਬਾਲਾ ਸੰਧੂ ਜੀ ਗੁਰੂ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕਥਾ ਸਰਵਣ ਕਰਾ ਰਹੇ ਹਨ। ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗਜ ਵੱਜ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਚੋਪਈ ਬਾਲਾ ਬਰਨਤ ਬੋਹਰੋ ਮੂਲਾ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾ ਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਭਾਈ ਬਾਲਾ ਜੀ ਜਿਨ੍ਹਾਂ ਦੀ ਗੋਦ ਸੰਧੂ ਹੈ, ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕਥਾ ਸਰਵਣ ਕਰਾ ਰਹੇ ਹਨ। ਅਗਲੀ ਕਥਾ ਵਰਣਨ ਕਰ ਰਹੇ ਨੇ ਕਿ ਹੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਜਾੜਾਂ ਵਿੱਚ ਚਲੇ ਗਏ, ਇਸ ਤੋਂ ਉਪਰੰਤ ਮੂਲ ਚੰਦ ਖੱਤਰੀ ਲਖਤ ਨ ਭੇਦ ਪਰਮ ਮਹਿ ਭੁੱਲਾ। ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਨਹੀਂ ਜਾਣਦਾ, ਭਰਮ ਵਿੱਚ ਭੁੱਲਿਆ ਹੋਇਆ ਹੈ। ਭਇਓ ਤਿਆਰ ਚਲਨ ਨਿਜ ਨਗਰਾ। ਮੂਲ ਚੰਦ ਆਪਣੇ ਨਗਰ ਰੰਧਾਵੇ ਪਿੰਡ ਚੱਲਣ ਲਈ ਤਿਆਰ ਹੋਇਆ। ਸਾਧਨ ਸੰਭਾਰਨ ਕਾਰਜ ਸਗਰਾ। ਆਪਣੇ ਘਰ ਦਾ ਸਾਰਾ ਕੰਮ ਸਾਂਭਣ ਵਾਸਤੇ ਔਰ ਸੁਲਤਾਨਪੁਰ ਤੋਂ ਚੱਲਣਾ ਚਾਹਿਆ। ਆਨਨ ਸੋ ਇਵ ਗਿਰਾ ਉਚਾਰੀ। ਮੂਲ ਚੰਦ ਨੇ ਆਪਣੇ ਮੁਖੋਂ ਇਉਂ ਗੱਲ ਕਹੀ, ਸੁਨਹੋ ਸੁਲੱਖਣੀ ਸੁਤਾ ਹਮਾਰੀ। ਇਹ ਪੁੱਤਰੀ ਸੁਲੱਖਣੀ, ਤੂੰ ਮੇਰੀ ਗੱਲ ਧਿਆਨ ਦੇ ਕੇ ਸੁਣਨਾ ਕਰ। ਹੇਠਾਂ ਆਪਣਾ ਤੋਰ ਕਛ ਕਾਜਾ, ਇੱਥੇ ਤੇਰੇ ਰਹਿਣ ਦਾ ਕੋਈ ਕੰਮ ਨਹੀਂ ਹੈ। ਤਵ ਪਤ ਭਾ ਫਕੀਰ ਤਜ ਲਾਜਾ। ਲੋਕ ਲਾਜ ਛੱਡ ਕਰਕੇ ਤੇਰਾ ਪਤੀ ਹੁਣ ਫਕੀਰ ਹੋ ਗਿਆ, ਮਸਾਣਾ ਵਿੱਚ ਬੈਠਾ ਹੈ। ਅਪਰਹਿ ਕਵਨ ਕਰਹਿ ਨਿਰਬਹਿਵਾ। ਹੋਰ ਤੇਰਾ ਕੌਣ ਜੀਵਨ ਨਿਰਬਾਹ ਕਰਨ ਵਾਲਾ ਇੱਥੇ ਹੈ। ਸਾਧਨ ਚਲੋ ਮੁਝ ਹਵੈ ਸੁਖ ਤਹਿਵਾ। ਮੇਰੇ ਘਰ ਚੱਲ, ਉੱਥੇ ਸਾਰੇ ਸੁਖ ਹਨ। ਕਰਮ ਮੰਦ ਹੈ ਸੁਤਾ ਤੁਮਾਰੇ। ਹੇ ਪੁੱਤਰੀ, ਤੇਰੇ ਭਾਗ ਮਾੜੇ ਹਨ, ਤੇਰੇ ਕਰਮ ਮਾੜੇ ਹਨ। ਘਰ ਉਜੜਿਓ ਇਸ ਹਾਲ ਪਤਾਰੇ। ਤੇਰਾ ਘਰ ਉਜੜ ਗਿਆ, ਤੇਰੇ ਪਤੀ ਦਾ ਇਹ ਹਾਲ ਹੈ। ਦੂਹਰਾ ਭਨਤ ਨਾਨਕੀ ਬਦਨ ਤੇ ਊਨਾ ਬਣੈ ਇਹ ਬਾਤ। ਜਦੋਂ ਮੂਲ ਚੰਦ ਖੱਤਰੀ ਨੇ ਆਪਣੀ ਸਪੁੱਤਰੀ ਬੀਬੀ ਸੁਲੱਖਣੀ ਜੀ ਨੂੰ ਕਿਹਾ, ਤੇਰਾ ਹੁਣ ਇੱਥੇ ਰਹਿਣ ਦਾ ਕੋਈ ਕੰਮ ਨਹੀਂ, ਤੂੰ ਮੇਰੇ ਨਾਲ ਚੱਲ। ਇਹ ਸੁਣ ਕੇ ਭੈਣ ਬੇਬੇ ਨਾਨਕੀ ਜੀ ਕਹਿਣ ਲੱਗੇ ਕਿ ਇਹ ਗੱਲ ਨਹੀਂ ਹੋ ਸਕਦੀ। ਕਿਉਂ ਭਰਜਾਈ ਕੋ ਅਵੈ ਜਾਨ ਦੇਉ ਸੰਗਤਾਤ। ਮੈਂ ਆਪਣੀ ਭਰਜਾਈ ਨੂੰ ਤੁਹਾਡੇ ਨਾਲ ਕਿਵੇਂ ਜਾਣ ਦੇਵਾਂਗੀ। ਚੋਪਈ
ਇੱਕ ਤੋ ਕਰੀ ਭਰਾਤ ਗਤ ਐਸੇ। ਇੱਕ ਤਾਂ ਮੇਰੇ ਭਰਾਤਾ ਜੀ ਨੇ ਐਸੀ ਗਤੀ ਕੀਤੀ, ਐਸੀ ਰੀਤੀ ਕੀਤੀ ਹੈ। ਦੂਤੀਏ ਜਾਤ ਭਰ ਜਾਈ ਤੈਸੇ। ਦੂਜੀ ਗੱਲ ਭਰਜਾਈ ਵੀ ਤੁਹਾਡੇ ਨਾਲ ਜਾ ਰਹੀ ਹੈ। ਕਿਹ ਬਿਦ ਔਰ ਮੈਂ ਧੀਰਜ ਧਰਹੁ। ਇਸ ਪ੍ਰਕਾਰ ਮੈਂ ਹਿਰਦੇ ਵਿੱਚ ਧੀਰਜ ਧਾਰਾਂਗੀ। ਨਿਜ ਮਨ ਪਰ ਚਾ ਕਿਹ ਸੰਗ ਕਰਹੁ। ਆਪਣੇ ਮਨ ਨੂੰ ਕਿਹਦੇ ਨਾਲ ਪਰਚਾਵਾਂਗੀ। ਚੰਦੋ ਰਾਣੀ ਬੈਨ ਅਲਾਏ। ਚੰਦੋ ਰਾਣੀ ਜੋ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸੱਸ ਮਾਤਾ ਹੈ, ਕਹ ਉਹ ਇਉਂ ਕਹਿਣ ਲੱਗੀ। ਕਿਹ ਅਵਲੰਬ ਰਹਿ ਇਹ ਜਾਏ। ਮੇਰੀ ਪੁੱਤਰੀ ਇਸ ਥਾਂ ਤੇ ਕਿਹਦੇ ਆਸਰੇ ਰਹੇਗੀ। ਜਿਹ ਕੋ ਭਰਤਾ ਭਇਓ ਫਕੀਰਾ। ਇਹਦਾ ਪਤੀ ਤਾਂ ਫਕੀਰ ਹੋ ਗਿਆ, ਮਸਾਣਾ ਵੀ ਬੈਠਾ ਹੈ। ਧਰੈ ਧੀਰ ਕਿਉਂ ਰਹਿ ਇਹ ਜਾਏ। ਧਰੈ ਧੀਰ ਕਿਉਂ ਭਈ ਅਧੀਰਾ। ਉਹ ਅਧੀਰ ਹੋ ਕਰਕੇ ਇਹ ਕਿਵੇਂ ਰਹਿ ਸਕਦੀ ਹੈ? ਧੀਰਜ ਹੁਣ ਨਹੀਂ ਰਹੀ। ਇਹ ਠਾਂ ਰਹਿਣ ਬਣੈ ਨਹਿ ਇਹ ਕੋ। ਮੇਰੀ ਪੁੱਤਰੀ ਦਾ ਇਸ ਥਾਂ ਤੇ ਰਹਿਣਾ ਨਹੀਂ ਬਣਦਾ। ਨਿਕਟ ਨ ਸੱਸ ਸਸੁਰ ਘਰ ਜਿਹ ਕੋ। ਔਰ ਨੇੜੇ ਸੱਸ ਸਹੁਰੇ ਦਾ ਘਰ ਵੀ ਨਹੀਂ ਹੈ ਜੋ ਸੱਸ ਸਹੁਰੇ ਦੇ ਘਰ ਜਾ ਕੇ ਰਹੇ। ਘਰ ਕੇ ਖਰਚ ਅਨਕ ਬਿਦ ਜੇ। ਘਰ ਦੇ ਅਨੇਕ ਪ੍ਰਕਾਰ ਦੇ ਖਰਚੇ ਹੁੰਦੇ ਹਨ। ਹਿਤੂ ਬਿਨਾ ਕੋ ਸਾਰ ਨਾ ਲਈ। ਬਿਨਾ ਕੋਈ ਹਿਤੂ ਸੰਬੰਧੀ ਤੋਂ ਬਿਨਾ, ਆਪਣਾ ਸੰਬੰਧੀ ਤੋਂ ਬਿਨਾ ਕੋਈ ਕਾਜ ਨਹੀਂ ਸਵਾਰਦਾ। ਦੋਹਰਾ ਅਹ ਆਤਮਜ ਬੈਸ ਲਗ ਰਿਦੇ ਨਾ ਬੁੱਧ ਤਿਨ ਕੋਏ। ਔਰ ਕਵੀ ਜੀ ਕਹਿ ਰਹੇ ਹਨ ਕਿ ਅਹ ਆਤਮਜ ਬੈਸ ਲਗ, ਦੋਵੇਂ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਜੀ ਛੋਟੀ ਉਮਰ ਦੇ ਹਨ, ਔਰ ਹਿਰਦੇ ਨਾ ਸੁਧ ਤਿੰਨ ਕੋਏ। ਹਿਰਦੇ ਵਿੱਚ ਉਹਨਾਂ ਨੂੰ ਕੋਈ ਸੁਧ ਬੁੱਧ ਨਹੀਂ ਹੈ। ਪਿਤਾ ਨ ਆਨ ਦੁਲਾ ਰਹੀ ਭੇ ਅਨਾਥ ਸਮ ਸੋਏ। ਇਹਨਾਂ ਬੱਚਿਆਂ ਦਾ ਪਿਤਾ ਆ ਕੇ ਲਾਡ ਪਿਆਰ ਨਹੀਂ ਕਰਦਾ, ਇਹ ਅਨਾਥ ਯਤੀਮਾਂ ਦੇ ਵਾਂਗ ਰਹਿੰਦੇ ਹਨ। ਚੋਪਈ ਕਿਹ ਆਧਾਰ ਇਹ ਦੋ ਬਾਲਕ। ਇਹ ਦੋਨੇ ਬੱਚੇ ਕਿਹਦੇ ਆਸਰੇ ਰਹਿਣਗੇ? ਹਮ ਘਰ ਚਲ ਹਵੇ ਹੈ ਪ੍ਰਤਪਾਲਕ। ਇਹ ਸਾਡੇ ਘਰ ਜਾਣਗੇ ਦੋਤਰੇ ਸਾਡੇ, ਤੇ ਸੁਖੀ ਰਹਿਣਗੇ। ਸੁਰਤ ਸੰਭਾਲੈ ਕਰ ਕਮਾਈ। ਜਦੋਂ ਵੱਡੇ ਹੋਣਗੇ ਸੁਰਤ ਸੰਭਾਲਣਗੇ, ਕਮਾਈ ਕਰਨਗੇ। ਦੇਹ ਅਨਕ ਬਿਤ ਸੁਖ ਨਿਜ ਮਾਈ। ਔਰ ਧਨ ਖੱਟ ਕੇ ਲਿਆਉਣਗੇ, ਆਪਣੀ ਮਾਤਾ ਨੂੰ ਖੁਸ਼ ਕਰਨਗੇ। ਭਨੈ ਨਾਨਕੀ ਮਾਸੀ ਸੁਣੀਏ। ਬੇਬੇ ਨਾਨਕੀ ਜੀ ਕਹਿਣ ਲੱਗੇ, ਹੇ ਮਾਸੀ ਜੀ ਸੁਣੋ। ਤੂੰ ਸਿਆਣੀ ਨਿਜ ਮਨ ਮਹਿ ਗੁਣੀਏ। ਤੂੰ ਸਿਆਣੀ ਹੈ, ਆਪਣੇ ਮਨ ਵਿੱਚ ਵਿਚਾਰ ਕੇ ਦੇਖ। ਭਰਾਤਾ ਪਰਮੇਸ਼ਰ ਸਮਰੂਪਾ। ਮੇਰਾ ਭਰਾ ਪਰਮੇਸ਼ਰ ਦੇ ਵਾਂਗ ਹੈ, ਪਰਮੇਸ਼ਰ ਸਰੂਪ ਹੈ। ਜਿਹ ਕੇ ਕਰਤਬ ਜਗਤ ਅਨੂਪਾ। ਔਰ ਜੋ ਜਿਸ ਦੇ ਆਸਰੇ ਸਾਰਾ ਜਗਤ ਹੈ, ਜਿਹਦੇ ਕਰਤੱਵ ਜਗਤ ਵਿੱਚ ਉਪਮਾ ਤੋਂ ਰਹਿਤ ਹਨ। ਮਾਨਵ ਕੇ ਨਾ ਕਰਮ ਹੈ ਐਸੇ। ਐਸੇ ਕਰਮ ਮਨੁੱਖਾਂ ਦੇ ਨਹੀਂ ਹਨ। ਕਰਤ ਅਲੌਕਿਕ ਬਹੁ ਵਿਧ ਜੈਸੇ। ਜੋ ਅਲੌਕਿਕ ਕਰਮ ਕਰਦੇ ਹਨ, ਅਦਭੁਤ ਕਰਮ ਕਰਦੇ ਹਨ, ਇਹ ਜੋ ਮਨੁੱਖ ਨਹੀਂ ਕਰ ਸਕਦੇ, ਇਹ ਕੋਈ ਅਵਤਾਰੀ ਪੀਰ ਪੈਗੰਬਰ ਹੀ ਕਰ ਸਕਦਾ ਹੈ। ਹੇਰਤ ਸੁਣ ਤਿਓ ਹੋਤ ਅਚੰਪਾ। ਔਰ ਦੇਖਦਿਆਂ ਸੁਣਦਿਆਂ ਹੈਰਾਨੀ ਹੁੰਦੀ ਹੈ। ਸਫਤ ਮੋਹੇ ਨਾ ਉਚਰੋ ਦੰਪਾ। ਔਰ ਮੈਂ ਪਖੰਡ ਤੋਂ ਰਹਿਤ ਹੋ ਕਰਕੇ ਸੱਚੀ ਗੱਲ ਕਹਿ ਰਹੀ ਹਾਂ। ਦੋਹਰਾ ਸਾਗਲ ਨਗਰ ਨਰ ਪਰ ਸਿਪਰ ਉਚਰਤ ਭੇ ਬਹੁ ਬਾਰ। ਸੁਲਤਾਨਪੁਰ ਨਗਰ ਨਿਵਾਸੀ ਇਸਤਰੀ ਪੁਰਸ਼ ਬਹੁਤ ਬਾਰ ਸਾਨੂੰ ਆ ਕੇ ਇਉਂ ਕਹਿੰਦੇ ਸਨ। ਸਰਬ ਦਰਬ ਖਰਚਨ ਕਰੈ ਤੋਟਾ ਹੋਏ ਅਪਾਰ। ਇਹ ਤੇਰਾ ਭਰਾ ਮੋਦੀ ਖਾਨੇ ਨੂੰ ਲੁਟਾ ਦੇਵੇਗਾ, ਬਹੁਤਾ ਹੀ ਧਨ ਖਰਚੀ ਜਾਂਦਾ ਹੈ ਰਾਜਿਆਂ ਵਾਂਗ, ਜਦੋਂ ਬਹੁਤਾ ਘਾਟਾ ਹੋਵੇਗਾ। ਚੋਪਈ ਖੋਏ ਦਰਬ ਕੋ ਜਾਵਹਿ ਭਾਜੂ। ਸਾਰਾ ਧਨ ਲੁਟਾ ਕੇ ਇੱਕ ਦਿਨ ਭੱਜ ਜਾਵੇਗਾ। ਕਿਤੋਂ ਗਹਿ
ਖਾਨਨ ਸਿਰ ਤਾਜੂ। ਜਾਂ ਖਾਨਾ ਦਾ ਸਿਰੋਮਣੀ ਜੋ ਨਵਾਬ ਦੌਲਤ ਖਾਂ ਹੈ ਉਹ ਫੜਵਾ ਲਵੇਗਾ, ਕੈਦ ਕਰ ਲਵੇਗਾ। ਕੇਤਕ ਆਨਕ ਹੈ ਹਮ ਪਾਸਾ। ਇਹ ਮਾਸੀ ਜੀ ਕਿਤਨੇ ਮਨੁੱਖ ਸਾਡੇ ਕੋਲ ਆ ਕੇ ਇਉਂ ਕਹਿੰਦੇ ਸਨ, ਸੁਣ ਹੈ ਬਿਲੋ ਕਹਿ ਮਨ ਹੈ ਤਰਾਸਾ। ਔਰ ਸੁਣ ਕੇ ਦੇਖ ਕਰਕੇ ਮਨ ਵਿੱਚ ਭੈ ਮੰਨਦੇ ਸਨ, ਖਰਚੇ ਦਰਬ ਨਰੇਸ ਸਮਾਨਾ। ਔਰ ਕਵੀ ਜੀ ਕਹਿ ਰਹੇ ਹਨ ਖਰਚੇ ਦਰਬ ਨਰੇਸ ਸਮਾਨਾ, ਰਾਜਿਆਂ ਵਾਂਗ ਇਹ ਧਨ ਖਰਚਦਾ ਹੈ। ਜਾਚ ਨ ਕੋ ਛੂ ਛਪਿਆਨਾ। ਕੋਈ ਵੀ ਮੰਗਤਾ ਆਉਂਦਾ ਹੱਟੀ ਤੇ ਉਹ ਖਾਲੀ ਮੁੜ ਕੇ ਨਹੀਂ ਜਾਂਦਾ। ਕਰੈ ਖਾਨਨ ਜ ਲੇਖਾ ਜਬ ਹੀ। ਜਦੋਂ ਨਵਾਬ ਦੌਲਤ ਖਾਂ ਲੇਖਾ ਕਰਵਾਉਂਦਾ ਹੈ, ਬਾਕੀ ਨਿਕਸਹਿ ਅਦ ਕਹਿ ਤਬ ਹੀ, ਤਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਵਾਧਾ ਨਿਕਲਦਾ ਹੈ। ਤਿੰਨ ਵਾਰੀ ਹਿਸਾਬ ਹੋਇਆ, ਲੇਖਾ ਹੋਇਆ, ਤਿੰਨੋ ਵਾਰੀ ਗੁਰੂ ਸਾਹਿਬ ਜੀ ਦਾ ਵਾਧਾ ਹੋਇਆ। ਅਖੀਰ ਜਦੋਂ ਲੇਖਾ ਹੋਇਆ 760 ਰੁਪਏ ਗੁਰੂ ਸਾਹਿਬ ਜੀ ਦਾ ਵਾਧਾ ਨਿਕਲਿਆ। ਹੁਣ ਵੇਈ ਮੈਂ ਬਾਸਤੀ ਨਾ। ਉਹਨਾਂ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ, ਤਿੰਨ ਦਿਨ ਤੱਕ ਅਲੋਪ ਰਹੇ ਖੋਜ ਨਹਿ ਕਾਹੂ ਚੀਨਾ। ਸਾਰੇ ਖੋਜਦੇ ਰਹੇ, ਕਿਸੇ ਨੂੰ ਪਤਾ ਨਹੀਂ ਲੱਗਿਆ। ਆਨ ਦੁਕਾਨ ਸਰਬ ਲੁਟਾਈ। ਫਿਰ ਤੀਜੇ ਦਿਨ ਸੰਤ ਘਾਟ ਨਾਮੇ ਅਸਥਾਨ ਤੇ ਪ੍ਰਗਟ ਹੋਏ, ਮਸਾਣਾ ਵਿੱਚ ਬੈਠ ਗਏ। ਫਿਰ ਨਗਰ ਵਿੱਚ ਆ ਕੇ ਮੋਦੀ ਖਾਨਾ ਜੋ ਜੰਦਰਾ ਮਰਵਾ ਦਿੱਤਾ ਸੀ ਨਵਾਬ ਦੌਲਤ ਖਾਨ ਨੇ, ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਖੋਲ ਕੇ ਸਾਰਾ ਮੋਦੀ ਖਾਨਾ ਲੁਟਾ ਦਿੱਤਾ। ਲੁੱਟ ਤ੍ਰਿਪਤੇ ਤੋਟ ਨ ਆਈ। ਸਾਰੇ ਮੰਗਤੇ ਲੁੱਟ ਲੁੱਟ ਕੇ ਤ੍ਰਿਪਤ ਹੋ ਗਏ, ਪਰ ਤੋਟਾ ਘਾਟਾ ਨਹੀਂ ਆਇਆ। ਮਾਸੀ ਔਰ ਪਈ ਇਹ ਬਾਤਾ। ਇਹ ਮਾਸੀ ਜੀ ਇੱਕ ਹੋਰ ਅਦਭੁਤ ਗੱਲ ਹੋਈ। ਜੋ ਮਸੀਤ ਸਭ ਤੁਮ ਬਖੀਆ ਤਾ। ਜੋ ਮਸੀਤ ਵਿੱਚ ਵਾਰਤਾ ਹੋਈ ਨਮਾਜ਼ ਪੜ੍ਹਨ ਵਾਲੀ ਗੱਲ, ਉਹ ਸਾਰਿਆਂ ਵਿੱਚ ਪ੍ਰਗਟ ਹੈ, ਤੁਸੀਂ ਵੀ ਜਾਣਦੇ ਹੋ। ਸਕਤ ਨ ਐਸੀ ਕਿਹ ਨਰ ਮਾਹੀ। ਕਿਸੇ ਮਨੁੱਖ ਵਿੱਚ ਐਸੀ ਸ਼ਕਤੀ ਨਹੀਂ ਹੈ। ਪਰ ਤੀਰ ਦੇ ਬਤਾਵਹਿ ਤਾਹੀ। ਜੋ ਸਾਰਿਆਂ ਦੇ ਦਿਲ ਦੀ ਗੱਲ ਦੱਸ ਦੇਵੇ, ਮਨੁੱਖ ਵਿੱਚ ਐਸੀ ਸ਼ਕਤੀ ਨਹੀਂ ਹੈ। ਜੋ ਅੰਤਰਜਾਮੀ ਹੁੰਦਾ ਹੈ ਉਹੀ ਘੜ ਘੜ ਕੇ ਅੰਤਰ ਕੀ ਗੱਲ ਨੂੰ ਜਾਣਨ ਵਾਲਾ ਹੁੰਦਾ ਹੈ। ਦੋਹਰਾ ਭਰ ਜਾਈ ਪਰ ਕ੍ਰੋਧ ਕੁਛ, ਜੇਕਰ ਤੋ ਮਮ ਭਰਾਤ। ਜੇਕਰ ਮੇਰੇ ਭਰਾਤਾ ਜੀ ਭਰਜਾਈ ਦੇ ਉੱਪਰ ਕਦੇ ਗੁੱਸੇ ਵੀ ਹੁੰਦੇ ਸਨ। ਹੱਥ ਬੰਦ ਕਰ ਬੇਨਤੀ ਬਖਸਾਵਤ ਸਭ ਭਾਂਤ। ਮੈਂ ਹੱਥ ਜੋੜ ਕਰਕੇ ਆਪਣੇ ਵੱਲੋਂ ਮਾਫ਼ੀ ਮੰਗਦੀ ਸਾਂ, ਭੁੱਲ ਬਖਸਾਉਂਦੀ ਸਾਂ। ਚੋ ਪਈ ਰੋਸ ਰਤੀ ਕੋ ਨਹਿ ਮਨ ਮਾਹੀ। ਰਤੀ ਮਾਤਰ ਵੀ ਰੰਚਕ ਮਾਤਰ ਵੀ ਮਨ ਵਿੱਚ ਗੁੱਸਾ ਨਹੀਂ ਹੈ। ਓ ਕੁਚਾਲ ਤਿਨ ਕੇ ਤਨ ਨਾਹੀ। ਮੇਰੇ ਭਰਾ ਵਿੱਚ ਕੋਈ ਖੋਟੀ ਚਾਲ ਨਹੀਂ ਹੈ, ਕੋਈ ਐਬ ਨਹੀਂ ਹੈ, ਬੇਐਬ ਬੇਪਰਵਾਹ ਹਨ। ਆਵਤ ਜੋ ਉਰ ਮਹਿਸੂ ਕਰੀ। ਜੋ ਹਿਰਦੇ ਵਿੱਚ ਆਉਂਦਾ ਉਹੀ ਕਰਦੇ ਹਨ। ਕਿਸੂ ਲੋਕ ਕੀ ਲਾਜ ਨ ਧਰਈ। ਔਰ ਲੋਕਾਂ ਦੀ ਕਾਨ ਕਨੌੜ ਨਹੀਂ ਧਾਰਦੇ, ਲੋਕਾਂ ਦੀ ਪਰਵਾਹ ਨਹੀਂ ਕਰਦੇ। ਦੇਹ ਪਰ ਨਹਿ ਬਸ ਮਾਸੀ ਹਮਾਰਾ। ਔਰ ਉਹਨਾਂ ਦੇ ਉੱਪਰ ਮੇਰਾ ਕੋਈ ਬਸ ਨਹੀਂ, ਕੋਈ ਚਾਰਾ ਨਹੀਂ ਚੱਲਦਾ, ਉਹ ਜਗਤ ਦੇ ਮਾਲਕ ਹਨ, ਮੈਂ ਕੀ ਕਹਿ ਸਕਦੀ ਹਾਂ। ਸਭ ਗੁਣ ਐਨ ਜਮਾਤਾ ਤੁਮਰਾ। ਔਰ ਸਭ ਤਰ੍ਹਾਂ ਕਰਕੇ ਸ੍ਰੇਸ਼ਟ ਤੁਹਾਡਾ ਜਵਾਈ ਹੈ। ਮਰਮ ਜੋ ਤਿਸ ਕੋ ਜਾਏ ਨ ਜਾਣਾ। ਜੋ ਇਹਨਾਂ ਦਾ ਮਰਮ ਜਾਣਿਆ ਨਹੀਂ ਜਾਂਦਾ। ਕਾਰਨ ਕੌਣ ਬੇਖ ਇਉਂ ਠਾਨਾ। ਔਰ ਕੀ ਕਾਰਨ ਹੈ ਕੋਈ ਨਹੀਂ ਜਾਣ ਸਕਦਾ ਕਿ ਐਸਾ ਬੇਖ ਧਾਰਿਆ ਹੋਇਆ ਮਸਾਣਾ ਵਿੱਚ ਬੈਠੇ ਹੋਏ ਹਨ, ਕੁਛ ਜਾਣਿਆ ਨਹੀਂ ਜਾਂਦਾ। ਰਹਿਣ ਦਿਓ ਇਹ ਠਾਂ ਭਰ ਜਾਈ। ਇਹ ਮਾਸੀ ਜੀ ਭਰਜਾਈ ਨੂੰ ਇੱਥੇ ਹੀ ਰਹਿਣ ਦਿਓ। ਮੁਝ ਪਰ ਉਪਕਾਰ ਭਲਾਈ। ਮੇਰੇ ਉੱਪਰ ਪਰਉਪਕਾਰ ਤੇ ਭਲਾਈ ਕਰੋ। ਜੇ ਹਟ ਕਰ ਲੇ ਜਾਵ ਅਬਹੀ। ਇਹ ਮਾਸੀ ਜੀ ਸਾਡੀ ਭਰਜਾਈ ਨੂੰ ਜੇ ਹਟ ਕਰਕੇ ਤੁਸੀਂ ਆਪਣੇ ਘਰ ਲੈ ਜਾਓਗੇ। ਉਹ ਦਰ ਜਾਏ ਰਿਦਾ ਮਮ ਤਬਹੀ। ਬੇਬੇ ਨਾਨਕੀ ਜੀ ਕਹਿੰਦੇ ਤਦੋਂ ਮੇਰਾ ਹਿਰਦਾ ਉਧਰ ਜਾਵੇਗਾ। ਦੋਹਰਾ ਮੂਲ
भूला पाखे अब इहां तज कर हम न जाए। मूलचंद जी ने सुन के कहा कि हुण अपनी पुत्री नूं इत्थे छड़ के असीं नहीं जावांगे। ले जावेंगे संग निज रहन न इहां बन आए। मेरी पुत्री दा इत्थे रहना नहीं बन आउंदा, असीं अपने नाल लेके अपनी पुत्री नूं जावांगे। चौपई बोहर नानकी बचन उचारे। कवि जी वर्णन कर रहे हैं, पुना भैन बेबे नानकी जी ने यूं कहया, सुन मासी नह जोर हमारे। हे मासी जी, साडा तां कोई जोर नहीं है थोड़े उपर, तुसी जिवें करना चाहुंदे उवें करो। हमारी बेनती सुनो जे काना, पर फिर भी जे कन्नी मेरी बेनती सुनो। छोर जाओ तुम एह इस थाना, और साड़ी परजाई नू इस स्थान ते इत्थे ही छड़ जावो। सब की सुध ले वह करतार, ओ करतार सारिया दी सुध खबर लैण वाला है। सो करता चिंता करे जिन उपाया जग, जिसने सारा जगत पैदा किया वो चिंता करता है, असी क्यों चिंता करिए। गुरु नानक देव पातशाह जी का उचारिया होया बचन है, नानक चिंता मत करो चिंता तिसी है, जल मह जंत उपायन तिना बेरोजी दे, उत्थे हट न चलई ना को किरस करे, सौदा मूल न होवई ना को लय न दे, जिया का आहार जी खाना एह करे, बिच उपाय सायरा तिना बेसार करे, नानक चिंता मत करो चिंता तिसी है, जिन पैदाइश तुम किया सोई दे आधार। बेबे नानकी जी कह रहे हैं चंदो राणी जी नूं कि हे मासी जी, सब दी खबर लैण वाला वो परवतगार परमात्मा है। कर है सेव बल जीतो हमारा, जिन्ना का साडा बल है अपनी समर्था अनुसार असी भरजाई दी सेवा करांगे। असन बसन बहु प्रभु ने दीना, परमात्मा ने भोजन वस्त्र सब कुछ दिता हुआ है। रर मिले खावे भेद बहीना, बिना भेद तो बिना फर्क तो रल मिलके असी खावांगे, क्योंकि रब ने सानू बहुत कुछ दिता होया। खावे खर्चा रल मिल भाई, तोट न आवे बस दो जाई। एठा रहन ना तुम मन भाई, जे पर साड़ी भरजाई दा इस थां ते रहना थानू चंगा नहीं लगदा, तो तलवंडी देह पुजाई, तां कृपा करके तुसी साड़ी भरजाई नू तलवंडी पुजा दियो। रह सासु के निकट सुखारी, ओ साड़ी भरजाई अपनी सास दे कोल सुखाली रहेगी। कर है सुपुत्रन की प्रतपारी, और साड़ी माता भी अपने पुत्रां दी प्रतपाला करेगी। तिनके मन की जान जरामू, और मूल चंद ते चंदो राणी दे मन दी गल जान के भाइया जय राम जी। सज है ना ले जा वह निज तामू, मन च विचारिया के छड़न वाले नहीं हन, सुलखनी जी नू जरूर ही अपने नाल ले जानगे। अनक जतन कर रहे न मन है, बहुत जतन कीते बहुत तरले भी कीते बहुत समझाया, पर मन नहीं रहे, ये अड़े हुए हैं कि मैं अपनी पुत्री नू इत्थे नहीं छड़ सकदा लेके जावांगा। फिर भाइया जय राम जी की सोचते हैं। 300 एह बिद बचन बखाना है, मूल चंद ते चंदो राणी दे ताई भाइया जय राम जी ने यूं बचन कहया। दोहरा श्री चंद को छोरिए ले जा बहुत मात। उस वेले भाइया जय राम जी ने कहा कि जे तुसी नहीं मनदे तां इह गल करो कि श्री चंद नू इत्थे छड़ जाओ, उन्हां दी माता नू लै जाओ, लक्ष्मी दास जी छोटे हन, वो छोटे लक्ष्मी दास जी नू लै के बेशक चले जान, पर श्री चंद जी नू साडे कोल छड़ जाओ। बहुत चगरे सो मने इब पी सला ए पात, बहुत झगड़ा तकरार करदिया मन गए मूल चंद खत्री ते चंदो राणी मन गए कि श्री चंद नू इत्थे छड़ दिंदे आ, लक्ष्मी दास जी नू नाल लेके सुलखनी जी नू नाल लेके चलदे आ। इह सलाह पक्की होई। चौपई श्री चंद जो रहे अवासू,
ਔਰ ਜੇ ਸ੍ਰੀ ਚੰਦ ਜੀ ਘਰ ਵਿਚ ਰਹਿਣਗੇ ਸਾਡੇ ਕੋਲ ਤਤਪ ਉਰ ਮੁਝ ਬਹੁਤ ਧੀਰ ਵਾਸੂ, ਫਿਰ ਮੇਰੇ ਹਿਰਦੇ ਵਿਚ ਬਹੁਤ ਹੀ ਭਰੋਸਾ ਹੋਵੇਗਾ, ਧੀਰਜ ਰਹੇਗਾ। ਲੇਤ ਦੇਤ ਮਾਸੀ ਸੁਤ ਰਹੀਏ, ਇਹ ਮਾਸੀ ਜੀ ਖਬਰ ਲੈਂਦੇ ਦਿੰਦੇ ਰਿਹਾ ਕਰਿਓ, ਆਵਤ ਜਾਤ ਸੰਦੇਸੇ ਕਹੀਏ, ਆਉਂਦਿਆਂ ਜਾਂਦਿਆਂ ਸੰਦੇਸਾ ਜਰੂਰ ਕਹਿਣਾ, ਵਿਸਰ ਨ ਜਾਈਏ ਉਰਹਿਤ ਧਰੀਏ, ਔਰ ਸਾਨੂੰ ਭੁਲਾ ਨੀ ਦੇਣਾ, ਭੁੱਲ ਨਾ ਜਾਣਾ, ਹਿਰਦੇ ਵਿੱਚ ਸਾਨੂੰ ਚੇਤੇ ਰੱਖਣਾ, ਕਦੇ ਆਪ ਆਵਨ ਪੁਨ ਕਰੀਏ, ਔਰ ਕਦੇ ਸਮਾਂ ਮਿਲੇ ਜਰੂਰ ਆਉਣਾ ਸਾਡੇ ਕੋਲ, ਹਮਰੇ ਅਵਗੁਣ ਮਨ ਨਾ ਵਿਚਰੀਏ, ਇਹ ਮਾਸੀ ਜੀ ਸਾਡੇ ਅਵਗੁਣਾਂ ਨੂੰ ਹਿਰਦੇ ਵਿੱਚ ਨਾ ਚਿਤਾਰਨਾ, ਪਾਛਲ ਰੋਸੀ ਸਰਬ ਸੋ ਹਰੀਏ, ਜੋ ਪਿਛਲਾ ਜੋ ਵੀ ਗੁੱਸਾ ਹੋਇਆ ਜੋ ਵੀ ਬਾਤ ਵਿਵਾਦ ਹੋਇਆ ਉਸ ਨੂੰ ਭੁੱਲ ਜਾਣਾ, ਭਇਓ ਤਿਆਰ ਚਲਨ ਕੋ ਜਬ ਹੀ, ਜਦੋਂ ਮੂਲ ਚੰਦ ਤੇ ਚੰਦੋ ਰਾਣੀ ਜੀ ਆਪਣੀ ਪੁੱਤਰੀ ਸੁਲੱਖਣੀ ਜੀ ਨੂੰ ਲੈ ਕੇ ਲਖਮੀ ਦਾਸ ਜੀ ਦੇ ਸਹਿਤ ਚੱਲਣ ਲਈ ਤਿਆਰ ਹੋਏ, ਮਿਲੀ ਸੁਲੱਖਣੀ ਹਿਤ ਕਰ ਤਬ ਹੀ, ਉਸ ਵੇਲੇ ਸਾਡੇ ਜਗਤ ਮਾਤਾ ਸੁਲੱਖਣੀ ਜੀ ਬੇਬੇ ਨਾਨਕੀ ਜੀ ਨੂੰ ਮਿਲੇ, ਲੋਚਨ ਨੀਰ ਵਿਮੋਚਤ ਦੋ, ਵਿਦਾ ਹੋਣ ਲੱਗਿਆ ਦੋਵੇਂ ਭੈਣ ਬੇਬੇ ਨਾਨਕੀ ਜੀ ਤੇ ਸੁਲੱਖਣੀ ਜੀ, ਔਰ ਦੋਵੇਂ ਹੀ ਰੁਦਨ ਕਰਨ ਲੱਗੇ, ਭਈ ਬਿਰਹਿ ਤੇ ਦੁਖੀਆ ਸੋ, ਔਰ ਇਸ ਤਰ੍ਹਾਂ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾਂਦਾ, ਵਿਛੜਨ ਲੱਗੇ ਹਨ, ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ, ਧੀਰਜ ਨਹੀਂ ਰਹਿੰਦਾ, ਵਿਛੋੜੇ ਦਾ ਦੁੱਖ ਐਸਾ ਹੈ ਜੋ ਇਹੋ ਵਿਛੋੜਾ ਸਹਿਆ ਨਾ ਜਾਏ, ਦੋਵੇਂ ਹੀ ਬਹੁਤ ਰੁਦਨ ਕਰ ਰਹੇ ਹਨ, ਦੋਹਰਾ ਪ੍ਰੇਮ ਹਰਿਦੈ ਗਦ ਗਦ ਗਿਰਾ ਧਰਿਓ ਚਰਨ ਪਰ ਸੀਸ, ਹਿਰਦਾ ਗਦ ਗਦ ਹੋ ਗਿਆ ਪ੍ਰੇਮ ਦੇ ਨਾਲ, ਔਰ ਸੁਲੱਖਣੀ ਜੀ ਔਰ ਬਹੁਤ ਹੀ ਪ੍ਰੇਮ ਦੇ ਸਹਿਤ ਨਿਮਰਤਾ ਦੇ ਸਹਿਤ ਬੇਬੇ ਨਾਨਕੀ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਲਾਏ ਗਰੇ ਸੋ ਨਾਨਕੀ ਹਿਤ ਸੋ ਦੀਨ ਅਸੀਸ, ਔਰ ਬੇਬੇ ਨਾਨਕੀ ਜੀ ਨੇ ਆਪਣੀ ਭਰਜਾਈ ਸੁਲੱਖਣੀ ਜੀ ਨੂੰ ਗਲੇ ਲਗਾਇਆ, ਆਸ਼ੀਰਵਾਦ ਦਿੱਤੀ, ਚੋਪਈ ਲਖਮੀ ਦਾਸ ਸੀਸ ਕਰ ਫੇਰਾ, ਉਸ ਵੇਲੇ ਛੋਟੇ ਸਾਹਿਬਜ਼ਾਦੇ ਲਖਮੀ ਦਾਸ ਜੀ ਦੇ ਸੀਸ ਉੱਪਰ ਹੱਥ ਫੇਰਿਆ, ਕਰਤ ਦੁਲਾਰ ਪ੍ਰੇਮ ਬਹੁ ਬੇਰਾ, ਬਹੁਤ ਪ੍ਰੇਮ ਦੇ ਸਹਿਤ ਲਾਡ ਪਿਆਰ ਕਰਨ ਲੱਗੇ, ਆਨਨ ਭਨਤ ਨ ਜਾਣਤ ਤਿਨਕੋ, ਔਰ ਮੁਖੋਂ ਬੋਲ ਨਹੀਂ ਸਕਦੇ ਨਾ ਕੁਝ ਸਮਝ ਸਕਦੇ ਹਨ, ਛੋਟੀ ਅਵਸਥਾ ਹੈ ਲਖਮੀ ਦਾਸ ਜੀ ਦੀ, ਫੇਰ ਬਿਰਹਿ ਹੋਵਤ ਦੁੱਖ ਮਨ ਕੋ, ਫਿਰ ਵੀ ਮਨ ਚ ਵਿਛੋੜੇ ਦਾ ਦੁੱਖ ਹੁੰਦਾ ਹੈ, ਸ੍ਰੀ ਚੰਦ ਕੋ ਲੈ ਨਿਜ ਅੰਕਾ, ਬਾਬਾ ਸ੍ਰੀ ਚੰਦ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ, ਸੁੰਗਤ ਮਾਤਾ ਬਦਨ ਮਯੰਕਾ, ਮਾਤਾ ਸੁਲੱਖਣੀ ਜੀ ਵੱਡੇ ਸਾਹਿਬਜ਼ਾਦੇ ਦਾ ਮੱਥਾ ਚੁੰਮਦੇ ਹਨ, ਜਿਉ ਗੋਬਤ ਸਹਿ ਤਜ ਨਸਕਾਹੀ, ਜਿਵੇਂ ਗਾਂ ਆਪਣੇ ਬਛੜੇ ਨੂੰ ਛੱਡ ਨਹੀਂ ਸਕਦੀ, ਤਿਉ ਲਗਾਏ ਗਰ ਛੋਰਤ ਨਾਹੀ, ਜਿਵੇਂ ਮਾਤਾ ਸੁਲੱਖਣੀ ਜੀ ਆਪਣੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਗਲੇ ਲਗਾ ਕੇ ਉਹ ਛੱਡਦੇ ਨਹੀਂ, ਜਿਵੇਂ ਗਾਂ ਬਛੜੇ ਨੂੰ ਨਹੀਂ ਛੱਡ ਸਕਦੀ, ਇਸ ਤਰ੍ਹਾਂ ਆਪਣੇ ਵੱਡੇ ਪੁੱਤਰ ਨੂੰ ਛੱਡਦੇ ਨਹੀਂ ਹਨ, ਰੁਦਨ ਅਸਰੂ ਸੋ ਬਦਨ ਪਿਗੋਏ, ਅਥਰੂਆਂ ਦੇ ਨਾਲ ਸਾਰਾ ਪਿੰਡਾ ਸਾਰਾ ਸਰੀਰ ਭਿਉ ਦਿੱਤਾ, ਦੋਹੇ ਦਿਸ ਮੋਹ ਬਿਖੈ ਮਨ ਭੋਏ, ਔਰ ਦੋਹਾਂ ਦਿਸ਼ਾਵਾਂ ਵਿੱਚ ਬਹੁਤ ਹੀ ਕਰੁਣਾ ਰਸ ਛਾ ਗਿਆ, ਸ੍ਰੀ ਜੈ ਰਾਮ ਨਾਨਕੀ ਦੋ, ਔਰ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਇਹ ਦੋਵੇਂ ਲੋਚਨ ਤੇ ਜਲ ਮੋਚਤ ਸੋ, ਅੱਖਾਂ ਚੋਂ ਵਿਛੋੜੇ ਦਾ ਦੁੱਖ ਨਾ ਸਹਾਰਦੇ ਹੋਏ ਅਥਰੂ ਕੇਰ ਰਹੇ ਹਨ, ਰੁਦਨ ਕਰਤ ਸਭ ਦਾਸੀ ਦਾਸਾ, ਔਰ ਉੱਥੇ ਜਿਤਨੇ ਵੀ ਘਰ ਦੇ ਦਾਸੀ ਦਾਸ ਸਨ ਉਹ ਸਾਰੇ ਰੁਦਨ ਕਰਨ ਲੱਗੇ,
करुणा रस छा गया, पूरा माहौल गमगीन हो गया, दास दासियां सारे ही रोन लग पाए। बिरह जनत मन पा दुख रासा। और सुखां दे खजाने गुरु साहिब जी दी हालत देख करके और मूल चंद ते चंदो राणी अपनी सपुत्री बीबी सुलखनी जी नूं लेके जा रहे हैं, इस करके उस समय करुणा रस विच भर करके सारे रुदन कर रहे हैं, बिरलाप कर रहे हैं। मूल चांद पुन चंदो रानी। कवि जी वर्णन कर रहे हैं मूल चंद ते पुना चंदो राणी जी। रोदन करत बिकुल भी बानी। और बानी भी व्याकुल हो गई, कंठ अवरुद्ध हो गया। सो साध संगत जी दो समया विच कंठ अवरुद्ध हो जाता, गला भर जाता है, जां बहुत खुशी दी घड़ी विच जां बहुत दुख दी घड़ी विच। बहुता दुख होवे ते गला भर आउंदा है, बोल नहीं निकलदे। बहुत खुशी दी घड़ी होवे तां भी मूंह बोल नहीं फुटदे। सो इस तरह गला अवरुद्ध हो गया, चंदो राणी ते मूल चंद भी रुदन करन लगे। नगर नार मिलने जो आई। नगर निवासी जो स्त्रियां मिलन वास्ते आईया, सब लोचन जल धार बहाई। सारियां स्त्रियां अखां चो अथरू केर दियां, बार बार मिल कर भोपांती। बारंग बार बहुत तरह दे नाल मिल करके, बोहर बोहर पर आवत छाती। बारंग बार छाती भर आउंदी है दुख दे नाल। दिन बहु चढ़ो पंथ बढ़ जाना। और मूल चंदी जी ने जानिया के बड़ा रास्ता है और लम्मा पेंडा है, जान भी देरी लगेगी। चल हो समूले बचन बखाना। मूल चंद ने क्या हुन छेती करो चलना करिए। लक्ष्मी दास ले कर माता। लक्ष्मी दास जी नू लेके माता सुलखनी जी। गमनी तब है सांग निज ताता। उसे वेले पिता दी गल सुन करके पिता दे नाल माता सुलखनी जी अपने छोटे साहबजादे नू नाल लेके चल पाए। श्री चंद जी पुर सुल्ताना। बड़े साहबजादे बाबा श्री चंद जी सुल्तानपुरी रहे बेबे नानकी जी दे कोल। रहे नानकी टिग सुख दाना। और सुखां दे दाते सतगुरु नानक देव पातशाह जी दे बड़े साहिबजादे बेबे नानकी जी दे कोल सुल्तानपुर रह गए। लेकर मूला तनिया संग। मूल चंद जी अपनी सपुत्री सुलखनी जी नू अपने नाल लेके गयो नगर निज जेह मन पंगा। जेदा मन ठठा होया मूल चंद जी दा अपनी सपुत्री नू लेके अपने नगर आ गए। तब ते रही सुलखनी तेहवा। तद तो माता सुलखनी जी अपने पेके घर रहन लग पे। जनन जनक के सतन जेहवा। माता पिता दा जिथे घर है रंधावे पिंड उथे रहन लग पे। करत दोहते की प्रतपाला। और नाना नानी जी अपने दोते दी प्रतपालना करन लगे। लाल तमूल आनंद विशाला। और मूल चंद जी बहुत आनंद प्रसन्न हुंदे हन। दोहरा पिक कुचाल कल काल को तर पर वप तर जाहे। और कलयुग दे भयानक समय नू देख करके निरंकार दे सरगुण सरूप सतगुरु नानक देव पातशाह जी ने मात लोक अंदर शरीर धारिया, मनुखी शरीर धार के पापी जीवां नू कलयुगी जीवां नू तारन वास्ते मनुखी लीला कर रहे हन। पूरण होयो त्याय अब नमस्कार ममता है। चूड़ा मन कवि भाई साहब भाई संतोख सिंह जी वर्णन कर रहे ने, इथे इतिहास संपूर्ण होया। दोहरा श्री गुर पग है की लिखा मन दान टिग कीन। चूड़ा मन कवि भाई साहब भाई संतोख सिंह जी अगला त्याग प्रारंभ करने तो पहला मंगला चरण करते हैं कि सुभाय मान सतगुरां दे चरण और चक्की दे किली दे समान हैं, ते मेरा मन दाने दे न्याई है। मोहा दिक पट पिटतन है रखेंगे लख दीन। चक्की दे दो पुड़िया दे विचकार जो किली हुंदी है, किली दे नाल जड़ा दाना लग जांदा है वो बच रहिंदा है,
ਆਸੇ ਪਾਸੇ ਜਿਹੜੇ ਦਾਣੇ ਰਹਿੰਦੇ ਹਨ ਰਗੜੇ ਜਾਂਦੇ ਹਨ, ਪੀਸੇ ਜਾਂਦੇ ਹਨ। ਸਤਿਗੁਰੂ ਮਹਾਰਾਜ ਕਿਰਪਾ ਕਰਕੇ ਮੇਰੇ ਮਨ ਰੂਪੀ ਦਾਣੇ ਨੂੰ ਜੋ ਗੁਰੂ ਚਰਨਾਂ ਰੂਪੀ ਕਿੱਲੀ ਦੇ ਨਾਲ ਲੱਗ ਗਏ ਹਨ ਬਚਾ ਲੈਣਗੇ। ਸ੍ਰੀ ਬਾਲਾ ਸੰਧਰਵਾਚ ਚੋਪਈ ਬਾਲਾ ਕਹਿ ਸੁਨੋ ਸ੍ਰੀ ਅੰਗਦ। ਭਾਈ ਬਾਲਾ ਜੀ ਜਿਨ੍ਹਾਂ ਦੀ ਗੋਦ ਸੰਧੂ ਹੈ, ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਅਗਲੀ ਕਥਾ ਸਰਵਣ ਕਰਾ ਰਹੇ ਹਨ। हे सतगुरु अंगद देव जी महाराज अगली कथा श्रवण करो। श्री गुर कथा दे सुख संपद। सतगुरु नानक देव पातशाह जी दी जन्म कथा सुख संपदा देन वाली है। निसबा सुर राजह उदियाना दिन रात उजाड़ा विच इस बैठे बिराजदे सोभदे रहंदे हन। जिस दर्शन दुख दारत हन जिन्हां दे दर्शन कीतियां दुख दलिद्र नस जांदे हन। भगत जगत मह मग प्रगटावन सारे संसार विच भगती दा राह प्रगट करन लई। कुमत कुपंथ कुदंब मिटावन सारे जगत विच खोटी मत खोटा राह ते खोटा पखंड मिटाउन लई। कीरत नाम प्रताप वधावन नाम दी कीर्ति ते प्रताप वधाउन लई। शुभ मार्ग मानव को पावन कलयुगी जीवा नु शुभ रस्ते पाउन लई। एह बिद की इच्छा उर तारी सतगुरु नानक देव पातशाह जी ने इस प्रकार दी मन विच इच्छा धारी। जप है नाम जे संत मुरारी जो ਮੁਰਾਰੀ ਪਰਮਾਤਮਾ ਦੇ ਪਿਆਰੇ ਸੰਤ ਜਨ ਹਨ ਉਹ ਆਪ ਨਾਮ ਜਪਦੇ ਹਨ ਹੋਰਨਾਂ ਨੂੰ ਜਪਾਉਂਦੇ ਹਨ ਨਾਮ ਦੀ ਕੀਰਤੀ ਪ੍ਰਗਟ ਕਰਨ ਲਈ। ਵਾਹਿਗੁਰੂ ਨਾਮ ਨੂੰ ਕਲਯੁਗ ਦੇ ਵਿੱਚ ਪ੍ਰਗਟ ਕਰਨ ਲਈ ਅਵਤਾਰ ਧਾਰਿਆ। ਜੋ ਵਾਹਿਗੁਰੂ ਨਾਮ ਅਲੋਪ ਹੋ ਗਿਆ ਸੀ ਉਸ ਵਾਹਿਗੁਰੂ ਨਾਮ ਨੂੰ ਪ੍ਰਗਟ ਕੀਤਾ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਗੁਰਬਾਣੀ ਵਿੱਚ ਪ੍ਰਮਾਣ ਹੈ ਜਿਨ ਗੁਪਤ ਨਾਮ ਪ੍ਰਗਾਜਾ ਜੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਾਹਿਗੁਰੂ ਨਾਮ ਜੋ ਗੁਪਤ ਹੋ ਚੁੱਕਿਆ ਸੀ ਉਸਨੂੰ ਪ੍ਰਗਟ ਕੀਤਾ। ਵਾਹਿਗੁਰੂ ਗੁਰਮੰਤਰ ਦੇ ਚਾਰ ਅੱਖਰ ਹਨ ਔਰ ਇੱਕ ਇੱਕ ਅੱਖਰ ਦਾ ਨੌ ਨੌ ਯੁੱਗ ਤੱਕ ਜਾਪ ਕੀਤਾ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਨੌ ਚੌਕਾ 36 ਯੁੱਗ ਜਾਪ ਕਰਕੇ ਇੱਕ ਇੱਕ ਅੱਖਰ ਦਾ ਨੌ ਨੌ ਯੁੱਗ ਤੱਕ ਜਾਪ ਕੀਤਾ। 36 ਯੁੱਗ ਜਾਪ ਕਰਕੇ ਇਸਦੇ ਵਿੱਚ ਸ਼ਕਤੀ ਭਰ ਦਿੱਤੀ, ਸਿੱਧ ਮੰਤਰ ਬਣਾ ਦਿੱਤਾ ਵਾਹਿਗੁਰੂ ਗੁਰਮੰਤਰ ਨੂੰ। ਜੋ ਜਿਸ ਮੰਤਰ ਨੂੰ ਜਪ ਕਰਕੇ ਬ੍ਰਹਮਾ ਵਿਸ਼ਨੂੰ ਮਹੇਸ਼ ਉੱਚ ਪਦਵੀਆਂ ਨੂੰ ਪ੍ਰਾਪਤ ਹੋ ਗਏ। ਫਿਰ ਦੇਵਤਿਆਂ ਨੇ ਚਲਾਕੀ ਕੀਤੀ ਕਿ ਇਹ ਮੰਤਰ ਵਾਹਿਗੁਰੂ ਮੰਤਰ ਆਮ ਲੋਕਾਂ ਦੇ ਹੱਥ ਵਿੱਚ ਆ ਗਿਆ ਅਤੇ ਸਾਡੀਆਂ ਪਦਵੀਆਂ ਖੋਲ ਲੈਣਗੇ, ਉਹਨਾਂ ਦੇ ਵਿੱਚ ਸ਼ਕਤੀ ਆ ਜਾਏਗੀ, ਸਾਡੀਆਂ ਪਦਵੀਆਂ ਖੋ ਲੈਣਗੇ। ਇਸ ਕਰਕੇ ਵਾਹਿਗੁਰੂ ਮੰਤਰ ਨੂੰ ਗੁਪਤ ਕਰ ਦੇਣਾ ਚਾਹੀਦਾ, ਅਲੋਪ ਕਰ ਦੇਣਾ ਚਾਹੀਦਾ, ਆਮ ਲੋਕਾਂ ਦੇ ਹੱਥ ਵਿੱਚ ਨਾ ਆਵੇ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਲਯੁਗ ਦੇ ਵਿੱਚ ਅਵਤਾਰ ਧਾਰਿਆ। ਜੋ ਵਾਹਿਗੁਰੂ ਮੰਤਰ ਅਲੋਪ ਹੋ ਚੁੱਕਿਆ ਸੀ ਉਸ ਗੁਪਤ ਨਾਮ ਪ੍ਰਗਾਜਾ, ਵਾਹਿਗੁਰੂ ਨਾਮ ਜੋ ਗੁਪਤ ਹੋ ਚੁੱਕਿਆ ਸੀ ਉਸਨੂੰ ਪ੍ਰਗਟ ਕੀਤਾ। ਸੋ ਕਵੀ ਜੀ ਵਰਣਨ ਕਰ ਰਹੇ ਹਨ ਕਿ ਉਹ ਵਾਹਿਗੁਰੂ ਗੁਰਮੰਤਰ ਦਾ ਜਾਪ ਜੋ ਕਰਦੇ ਹਨ ਉਹ ਆਪ ਤਰਦੇ ਹਨ ਹੋਰਨਾਂ ਨੂੰ ਤਾਰਦੇ ਹਨ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਤਿੰਨ ਮੰਤਰਾਂ ਦੀ ਬਖਸ਼ਿਸ਼ ਕੀਤੀ, ਇੱਕ ਮੂਲ ਮੰਤਰ, ਗੁਰਮੰਤਰ ਅਤੇ ਮਾਲਾ ਮੰਤਰ। ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਇਹ ਸੰਪੂਰਨ ਮੂਲ ਮੰਤਰ ਹੈ ਅਤੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਤੀਜਾ ਮੰਤਰ ਕਿਹੜਾ ਹੈ? ਜੋ ਸੰਪੂਰਨ ਜਪਜੀ ਸਾਹਿਬ ਜੋ ਸੁਮੇਰ ਪਰਬਤ ਦੇ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਉਚਾਰੀ ਹੈ। ਜਦੋਂ ਬੈਰਾਗੀਆਂ ਦੀ ਜਮਾਤ ਨੇ ਪੁੱਛਿਆ ਸੀ ਕਿ ਤੁਹਾਡਾ ਮਾਲਾ ਮੰਤਰ ਕਿਹੜਾ ਹੈ ਅਤੇ ਕਿਹਾ ਸਾਡਾ ਮਾਲਾ ਮੰਤਰ ਜਪਜੀ ਸਾਹਿਬ ਹੈ। ਜਪਜੀ ਸਾਹਿਬ ਮਾਲਾ ਮੰਤਰ ਹੈ, ਮੂਲ ਮੰਤਰ, ਗੁਰਮੰਤਰ ਅਤੇ ਮਾਲਾ ਮੰਤਰ, ਤਿੰਨ ਮੰਤਰਾਂ ਦੀ ਬਖਸ਼ਿਸ਼ ਕੀਤੀ। ਸੋ ਕਵੀ ਜੀ ਅੱਗੇ ਵਰਣਨ ਕਰ ਰਹੇ ਹਨ। ਮਾਨਨ ਮਨ ਕੇ ਹਾਨਨ ਮਾਨਾ, ਮਾਨੀਆਂ ਦੇ ਮਾਨ ਨੂੰ ਹਨਣ ਵਾਸਤੇ, ਨਾਸ਼ ਕਰਨ ਵਾਸਤੇ, ਕਿਉਂਕਿ ਹਰਜੀਓ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਪਰਮਾਤਮਾ ਨੂੰ ਹੰਕਾਰ ਜ਼ਰਾ ਵੀ ਚੰਗਾ ਨਹੀਂ ਲੱਗਦਾ। ਵੱਡੇ ਵੱਡੇ ਮਾਨੀ ਹੰਕਾਰੀ ਜਿਹੜੇ ਸਨ ਉਹਨਾਂ ਦੇ ਮਾਨ ਹੰਕਾਰ ਨੂੰ ਦੂਰ ਕਰਨ ਲਈ ਦੀਨਾਂ ਕੋ ਤਾਰਨ ਭਗਵਾਨਾ, ਦੀਨਾਂ ਗਰੀਬਾਂ ਨੂੰ, ਮਜ਼ਲੂਮਾਂ ਨੂੰ,
ਨਿਮਰਤਾਵਾਨਾਂ ਨੂੰ ਤਾਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਸਰਗੁਣ ਸਰੂਪ ਧਾਰਿਆ। ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਭੱਟਾਂ ਨੇ ਵੀ ਸਵੱਈਏ 'ਚ ਮਹਿਮਾ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੀ ਬਾਣੀ ਦਰਜ ਹੈ। ਸਤਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕਉ ਰਾਜ ਅਭੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫੁਰਮਾਇਓ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗ ਦੇ ਅਵਤਾਰ ਹਨ। ਸਾਮ ਕਹੇ ਸਿਤੰਬਰ ਸਵਾਮੀ, ਸੱਚ ਮੈਂ ਆਛਾ ਸਾਚ ਰਹੇ ਸਭ ਕੋ ਸੱਚ ਸਮਾਵੈ, ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ, ਨਾਇ ਲਿਆ ਪ੍ਰਾਚਰ ਜਾਏ ਨਾਨਕ ਤਬ ਮੁਖ ਅੰਤਰ ਪਾਏ, ਯੁਜਮੈ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਾਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ, ਕਲਮੈ ਵੇਦ ਅਥਰਵਣ ਹੁਆ ਨਾਉ ਖੁਦਾਈ ਅਲਹ ਪਇਆ, ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰ ਨੀਤ ਸਦਾਏ ਤਉ ਨਾਨਕ ਮੁਖੰਤਰ ਪਾਏ। ਸੋ ਐਸੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਬੇਦੀ ਕੁਲ ਵਿੱਚ ਪ੍ਰਗਟ ਹੋ ਕਰਕੇ ਸਾਰੇ ਸਿੱਖਾਂ ਨੂੰ ਤਾਰਨਾ ਕੀਤਾ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਾਂ ਕੋ ਸੁਖ ਦੀਏ ਜਹਿ ਤੈ ਭੈ ਸਹਾਏ, ਸਾਰੇ ਰਸਨਾ ਪਵਿੱਤਰ ਕਰੀਏ ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਤਿੰਨ ਬੇਦੀਆਂ ਕੀ ਕੁਲ ਵਿਖੇ, 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 ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ, 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 ਜੈ ਤੈ ਭੈ ਸਹਾਏ ਜੀ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਰਾਏ। ਸੋ ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮਾਨੀਆਂ ਹੰਕਾਰੀਆਂ ਦੇ ਮਾਨ ਹੰਕਾਰ ਨੂੰ ਦੂਰ ਕਰਨ ਲਈ, ਦੀਨਾਂ ਗਰੀਬਾਂ ਨੂੰ ਤਾਰਨ ਵਾਸਤੇ ਕੱਲ੍ਹ ਤਾਰਨ ਗੁਰੂ ਨਾਨਕ ਆਇਆ। ਇਸ ਤਰ੍ਹਾਂ ਜਗਤ ਵਿੱਚ ਆ ਕਰਕੇ ਜੋ ਜੋ ਕੌਤਕ ਕੀਤੇ, ਇਹ ਸਾਰੀ ਕਥਾ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਵਰਣਨ ਕੀਤਾ ਹੈ, ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਦ ਅਤੇ ਉੱਤਰਾਦ ਦੋ ਭਾਗਾਂ ਵਿੱਚ ਹੈ। ਦੋ ਭਾਗਾਂ ਵਿੱਚ ਕੇਵਲ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜਨਮ ਕਥਾ ਵਰਣਨ ਕੀਤੀ ਹੈ, ਫਿਰ ਅੱਗੇ ਸ੍ਰੀ ਗੁਰੂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ 12 ਰਾਸਾਂ 6 ਰੁੱਤਾਂ 2 ਐਨਾਂ ਵਿੱਚ ਦੂਜੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਦਾ ਜੀਵਨ ਬਿਰਤਾਂਤ ਵਰਣਨ ਕੀਤਾ ਹੈ। ਸੋ ਸਾਧ ਸੰਗਤ ਜੀ, ਇੱਥੇ ਸਮਾਂ ਸਮਾਪਤ ਹੈ, ਕਥਾ ਵਿਰਾਮ 'ਤੇ ਆ ਗਈ ਹੈ। ਅਗਲੀ ਕਥਾ ਆਪਾਂ ਕੱਲ੍ਹ ਦੇ ਪ੍ਰਕਰਨ ਅੰਦਰ ਕੱਲ੍ਹ ਨੂੰ ਸਰਵਣ ਕਰਾਂਗੇ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਇਹ ਵਿਦ ਕੀ ਇੱਛਾ ਉਰ ਤਾਰੀ, ਜਪ ਹੈ ਨਾਮ ਜੇ ਸੰਤ ਮੁਰਾਰੀ, ਮਾਨਨ ਮਨ ਕੋ ਹਨਨ ਮਾਨਾ, ਦੀਨਨ ਕੋ ਤਾਰਨ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।